जे मेरी मनो तो मैं तो एको मानता कि लगातार पंजाब जोड़ा है और रुझान बढ़ रहा बइया का जे बइया की आमद आ जिन्होंने तुम प्रवासी मजदूर कहते हो आप बइये कहे मुख्यमंत्री चन्नी दे वल्लों बयान आया सी कि बइयां नूं कढ़ांगे मतलब कुछ होर सी ते मतलब कुछ होर निकल गया जिस दे नाल इन्हां पंजाबियां नूं ही वोटां दे लई इन्हां बइयां दे मोहरे गोडणियां टेकणियां पै गईआं सी। तुहाडे तों इक सवाल तुहानूं करदा कि आपां कह सकदे कि पंजाब दा हिस्सा लुधियाणा कि लुधियाणे दे विच क्योंकि बइयां दी आमद देख के आपां दस सकदे कि लुधियाणा पंजाब दा हिस्सा कह सकदे आ तुहाडे मूंह तों सुणना चाहुंदा ਆਪਾਂ ਕਿਵੇਂ ਕਹਿ ਸਕਦੇ ਕਿ ਸਾਡੇ ਨੌਜਵਾਨ ਕੰਮ ਨਹੀਂ ਕਰਦੇ ਜਦੋਂ ਉਹਨਾਂ ਨੂੰ ਕੰਮ ਮਿਲੂਗਾ ਹੀ ਨਹੀਂ ਤਾਂ ਫਿਰ ਉਹ ਨਸ਼ੇ ਕਰਨਗੇ ਕਿਉਂ ਨਹੀਂ ਕਰਨਗੇ ਨਸ਼ੇ ਵੀ ਕਰਨਗੇ ਕੀ ਕਿਉਂਕਿ ਸਿਆਣੇ ਵੀ ਕਹਿੰਦੇ ਨੇ ਕਿ ਵਿਹਲਾ ਦਿਮਾਗ ਜਿਹੜਾ ਉਹ ਸ਼ੈਤਾਨ ਦਾ ਘਰ ਹੁੰਦਾ ਹੈ। ਪੰਜਾਬ ਸਰਕਾਰ ਨੂੰ ਆਪਾਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਤੁਹਾਨੂੰ ਕਰਦੇ ਹਾਂ ਕਿ ਘੱਟੋ ਘੱਟ ਮਾਨ ਸਾਹਿਬ ਜਦੋਂ ਤੁਸੀਂ ਹੁਣ ਮੁੱਦਾ ਚੱਕਿਆ ਹੀ ਹੈ ਨਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਧਿਆਨ ਦੇਣ ਦੀ ਲੋੜ ਹੈ ਕਿ ਅਗਰ ਇਹਨਾਂ ਦੇ ਮਜ਼ਦੂਰਾਂ ਦੇ ਨਾ ਬਈਆਂ ਦੇ ਜਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਕਾਰਡ ਆਈ ਕਾਰਡ ਜਾਂ ਰਾਸ਼ਨ ਕਾਰਡ ਜਾਂ ਵੋਟਰ ਕਾਰਡ ਇਹਨਾਂ ਦੇ ਆਧਾਰ ਕਾਰਡ ਕਿਵੇਂ ਬਣ ਗਏ ਇੱਥੇ ਇਹਨਾਂ ਦੀਆਂ ਵੋਟਾਂ ਬਣਾ ਕੇ ਇਹਨਾਂ ਨੂੰ ਸਾਡੇ ਪੰਜਾਬੀਆਂ ਦੇ ਸਿਰ ਤੇ ਬਿਠਾਇਆ ਤੁਸੀਂ ਤੁਸੀਂ ਇਹਨਾਂ ਨੂੰ ਸਿਰ ਤੇ ਬਿਠਾ ਕੇ ਇਹਨਾਂ ਦੀਆਂ ਵੋਟਾਂ ਦੇ ਸਿਰ ਤੇ ਫਿਰ ਰਾਜਨੀਤੀ ਕਰਨੀ ਚਾਹੀ ਇਹਨਾਂ ਦੇ ਆਧਾਰ ਕਾਰਡ ਤੁਸੀਂ ਬਣਾਏ ਵੋਟਰ ਕਾਰਡ ਤੁਸੀਂ ਬਣਾਏ ਰਾਸ਼ਨ ਕਾਰਡ ਤੁਸੀਂ ਬਣਾਏ ਭੁਗਤ ਕੌਣ ਰਿਹਾ ਭੁਗਤ ਤਾਂ ਅਸੀਂ ਲੋਕ ਰਹੇ ਨਾ। प्रवासी मजदूर की वोट बन गई तो आने वाले दिनों के सरकारी नौकरी ले भी अपलाई करूगा सर ये थोड़ी जर नहीं पैनी गल कौड़ी आ राणी जी गल बहुत कौड़ी आ जो कल इन्होंने तुहानूं तो ज्यादा पैसे होणगे तुहाडे तो वधिया कोठियां होणगियां ते तुहानूं अपने राशन कार्ड आधार कार्ड दस के कि अहीं पंजाबी आ तुहाडे घरे रिश्ते भी करनगे फिर मेरा इन्हों खिलाफ कोई दुश्मनी नहीं है जी तो मेरे ना तो मेरे कोई बात साझी इन्हों की पर मैं गल पंजाब की कर रहा पंजाब की ता कर रहा क्योंकि साड़ी तो लांगी आने वाली पीढ़ियां की करूंगा पीढ़ियां साड़ियां प्रवासी मजदूरों जो असी पंजाब चो कढ़ दिता जां पंजाब दे विच असी उन्हां नूं नहीं लैके आवांगे तां पंजाब दे वित्ती हालात खराब हो जाणगे। ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਇਹਨੂੰ ਸਟੇਸ਼ਨਾਂ ਤੋਂ ਲੈ ਕੇ ਆਉਂਦੇ ਸੀ ਜਦੋਂ ਇਹ ਝੋਨਾ ਲਾ ਦਿੰਦੇ ਸੀ ਝੋਨਾ ਲਾਉਣ ਤੋਂ ਬਾਅਦ ਚਲੇ ਜਾਂਦੇ ਸੀ ਤੇ ਉਸ ਤੋਂ ਬਾਅਦ ਝੋਨਾ ਕੱਟਣ ਵਾਸਤੇ ਆਉਂਦੇ ਸੀ ਜਾਂ ਕਣਕਾਂ ਵੱਢਣ ਦੇ ਟਾਈਮ ਆਉਂਦੇ ਸੀ ਅਜਿਹਾ ਹੁੰਦਾ ਸੀਗਾ ਉਸ ਤੋਂ ਬਾਅਦ ਚੱਲ ਜਾਂਦੇ ਸੀ ਪਰ ਜਦੋਂ ਹੁਣ ਆਉਂਦੇ ਇਹ ਪੱਕੇ ਰਹਿ ਜਾਂਦੇ ਇੱਥੇ ਜਦੋਂ ਸਾਡੇ ਲੋਕ ਆਪਣੇ ਨਿੱਜੀ ਫਾਇਦਿਆਂ ਵਾਸਤੇ ਇੱਥੇ ਪੱਕੇ ਕਰਦੇ ਆ ਬਛਿੰਦੇ ਬਣਾਉਂਦੇ ਆ ਉਸ ਚੀਜ਼ ਤੋਂ ਪਰਹੇਜ਼ ਹੋਣਾ ਚਾਹੀਦਾ ਮੈਂ ਉਸ ਚੀਜ਼ ਨੂੰ ਕਹਿੰਦਾ ਉਹ ਸਾਡੇ ਬੁਨਿਆਦੀ ਹੱਕਾਂ ਤੇ ਵੀ ਜਿਹੜਾ ਡਾਕਾ ਵੱਜਦਾ ਏ ਪਰ ਵਿਆਹ ਬਿਜਲੀ ਬਿੱਲ ਮਾਫ ਸਭ ਕੁਝ ਇਹ ਸਭ ਕੁਝ ਇਹਨਾਂ ਨੂੰ ਵੀ ਮਿਲ ਰਿਹਾ ਇਹਨਾਂ ਦੀ ਜਾਂਚ ਹੋਣੀ ਚਾਹੀਦੀ ਇਹਨਾਂ ਦਾ ਯੂਪੀ ਬਿਹਾਰ ਦੇ ਵਿੱਚ ਵੀ ਫਿਰ ਰਾਸ਼ਨ ਕਾਰਡ ਹੋਣਗੇ ਕੀ ਉੱਥੋਂ ਪਟਾ ਕੇ ਆਉਂਦੇ। ਸਤਿ ਸ਼੍ਰੀ ਅਕਾਲ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਅੱਜ ਅਸੀਂ ਇੱਕ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਵਿੱਚ ਲਗਾਤਾਰ ਬੇਰੋਜ਼ਗਾਰੀ ਵੱਧ ਰਹੀ ਹੈ ਆਖਿਰ ਬੇਰੋਜ਼ਗਾਰੀ ਕਿਉਂ ਵੱਧ ਰਹੀ ਹੈ ਕੀ ਕਾਰਨ ਨੇ ਸਾਰੀ ਡਿਟੇਲ ਵਿੱਚ ਗੱਲ ਕਰਾਂਗੇ ਅੱਜ ਸਾਡੇ ਨਾਲ ਉਹ ਸ਼ਖਸ ਮੌਜੂਦ ਨੇ ਜੋ ਲਗਾਤਾਰ ਸਮੇਂ ਦੇ ਮੁਤਾਬਕ ਲਾਈਵ ਹੋ ਕੇ ਅਲੱਗ ਅਲੱਗ ਟੌਪਿਕਾਂ ਉੱਤੇ ਡਿਸਕਸ਼ਨ ਕਰਦੇ ਰਹਿੰਦੇ ਨੇ जी बिल्कुल मैं गल कर रहा भगवंत सिंह मटोर जो साडे नाल अज स्टूडियो च मौजूद ने भगवंत जी पंजाब टीवी प्राइम ते तुहाडा बहुत बहुत स्वागत है जी बहुत बहुत धन्यवाद राकेश जी ਤੁਸੀਂ ਸਾਨੂੰ ਮੌਕਾ ਦਿੱਤਾ ਬੜਾ ਤੁਹਾਡਾ ਆਪਾਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਸਰੋਤਿਆਂ ਨੂੰ ਆਪਾਂ ਬੇਨਤੀ ਜ਼ਰੂਰ ਕਰਾਂ ਕਿ ਰਕੇਸ਼ ਸਿੰਘ ਰਾਣਾ ਜੀ ਨੂੰ ਜ਼ਰੂਰ ਸੁਣਿਆ ਕਰੋ ਕਿਉਂਕਿ ਹਰੇਕ ਮੁੱਦੇ ਦੇ ਉੱਤੇ ਇਹ ਡਿਸਕਸ਼ਨ ਜਿਹੜੀ ਇਹਨਾਂ ਦੀ ਹੁੰਦੀ ਆ ਉਹ ਸੁਣਨ ਵਾਲੀ ਹੁੰਦੀ ਆ। ਬਿਲਕੁਲ ਭਗਵੰਤ ਜੀ ਆਪਾਂ ਸ਼ੁਰੂ ਕਰਦੇ ਹਾਂ ਕਿਉਂਕਿ ਅਕਸਰ ਦੇਖਣ ਨੂੰ ਮਿਲਦਾ ਹੈ ਜਦੋਂ ਵੀ ਕੋਈ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਐਕਟੀਵਿਟੀ ਹੁੰਦੀ ਹੈ ਤਾਂ ਤੁਸੀਂ ਲਾਈਵ ਜ਼ਰੂਰ ਹੁੰਦੇ ਹੋ ਇੱਕ ਪੱਤਰਕਾਰ ਦੇ ਹੋਣ ਦੇ ਨਾਤੇ ਤੁਸੀਂ ਖਬਰ ਵੀ ਲਗਾਉਂਦੇ ਹੋ ਤੇ ਇੱਕ ਇਨਸਾਨ ਹੋਣ ਦੇ ਨਾਤੇ ਸਮਾਜਿਕ ਮੁੱਦੇ ਚੁੱਕਦੇ ਵੀ ਹੋ ਤੇ ਅੱਜ ਅਸੀਂ ਗੱਲ ਕਰਦੇ ਕਿ ਪੰਜਾਬ ਦੇ ਵਿੱਚ ਜਦੋਂ ਲਗਾਤਾਰ ਵੇਖਣ ਨੂੰ ਮਿਲ ਰਿਹਾ ਕਿ ਬੇਰੋਜ਼ਗਾਰੀ ਦਰ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਕੀ ਮੰਨਦੇ ਹੋ ਤੁਸੀਂ
पिछले दिनों के लाइव होकर भी अपने विचार रखे थे। असं चाहते हैं कि जो साडे दर्शक है कितने ना कितने वह भी समझन कि आखिर बेरोजगारी क्यों बढ़ रही है पंजाब दे विच। के जी बड़ी सोहनी गल तुसीं कीती है कि तुसीं पत्रकारी भी करते हो ते नाल लाइव भी होंदे हो। लाइव होण दे विच जे आपां गल करिए लाइव क्यों होंदे आ, कई मसले जे होंदे आ कि आपां टीवी दे उत्ते नहीं दस सकदे जां साडी साडा कद हुंदा नहीं है कि आपां ओह चीज़ां टीवी दे उत्ते दिखा सकीए जां साडी आवाज़ जिहड़ी आ हर कोई चकदा। जिवें अजे राकेश सिंह राणा जी ने सानूं मौका दित्ता, इनवाइट कीता, गलबात कीती, हरेक कोई इहदा मुद्दा नहीं चकदा, हरेक कोई चीज़ नूं पछाणदा नहीं कि ओह व्यक्ति गल किस लई कर रहा है, किस मुद्दे दे लई कर रहा है। तो कितना कितने जिहड़ी गल तुसीं बेरोजगारी दी कीती आ, बड़ी वधिया गल तुसीं कीती आ, बेरोजगारी बेरोजगारी वधण दा कारण जे मेरी मन्नो तो मैं तो इक्को मानदा कि लगातार पंजाब दे विच जिहड़ा है ਉਹ ਰੁਝਾਨ ਵੱਧ ਰਿਹਾ ਬਈਆਂ ਦਾ, ਜਿਹੜੇ ਬਈਆਂ ਦੀ ਆਮਦ ਆ ਜਿਹਨਾਂ ਨੂੰ ਤੁਸੀਂ ਪ੍ਰਵਾਸੀ ਮਜ਼ਦੂਰ ਕਹਿੰਦੇ ਹੋ, ਆਪਾਂ ਬਈਏ ਕਹਾਂਗੇ, ਕਿਉਂਕਿ ਪਿਛਲੇ ਦਿਨੀ ਜਦੋਂ ਇੱਕ ਮੁੱਖ ਮੰਤਰੀ ਵੱਲੋਂ ਬਿਆਨ ਆਇਆ ਸੀ ਕਿ ਮੈਂ ਬਈਆਂ ਨੂੰ ਕੱਢਾਂਗਾ ਇੱਥੋਂ ਪੰਜਾਬ ਦੇ ਵਿੱਚੋਂ, ਭਾਵੇਂ ਕਿ ਉਹਦਾ ਮਤਲਬ ਕੁਝ ਹੋਰ ਸੀ, ਮੁੱਖ ਮੰਤਰੀ ਚੰਨੀ ਦੇ ਵੱਲੋਂ ਬਿਆਨ ਆਇਆ ਸੀ ਕਿ ਬਈਆਂ ਨੂੰ ਕੱਢਾਂਗੇ, ਮਤਲਬ ਕੁਝ ਹੋਰ ਸੀ ਤੇ ਮਤਲਬ ਕੁਝ ਹੋਰ ਨਿਕਲ ਗਿਆ, ਜਿਹਦੇ ਨਾਲ ਇਹਨਾਂ ਪੰਜਾਬੀਆਂ ਨੂੰ ਹੀ ਵੋਟਾਂ ਦੇ ਲਈ ਇਹਨਾਂ ਬਈਆਂ ਦੇ ਮੋਹਰੇ ਗੋਡਣੀਆਂ ਟੇਕਣੀਆਂ ਪੈ ਗਈਆਂ ਸੀ। ਤੇ ਰਕੇਸ਼ ਜੀ ਕਿਤੇ ਨਾ ਕਿਤੇ ਇਹਨਾਂ ਬਈਆਂ ਦੀ ਜੇ ਗੱਲ ਕਰ ਲਈਏ, ਆਨੰਦਪੁਰ ਸਾਹਿਬ ਦੇ ਵਿੱਚ ਗੱਲ ਕਰ ਲਈਏ, ਪੰਜਾਬ 'ਚ ਗੱਲ ਕਰ ਲਈਏ, ਮੈਂ ਤੁਹਾਡੇ ਤੋਂ ਇੱਕ ਸਵਾਲ ਤੁਹਾਨੂੰ ਕਰਦਾ ਕਿ ਆਪਾਂ ਕਹਿ ਸਕਦੇ ਕਿ ਪੰਜਾਬ ਦਾ ਹਿੱਸਾ ਲੁਧਿਆਣਾ ਕਿ ਲੁਧਿਆਣੇ ਦੇ ਵਿੱਚ, ਕਿਉਂਕਿ ਬਈਆਂ ਦੀ ਆਮਦ ਦੇਖ ਕੇ ਆਪਾਂ ਦੱਸ ਸਕਦੇ ਕਿ ਲੁਧਿਆਣਾ ਪੰਜਾਬ ਦਾ ਹਿੱਸਾ ਕਹਿ ਸਕਦੇ ਹਾਂ, ਤੁਹਾਡੇ ਮੂੰਹ ਤੋਂ ਸੁਣਨਾ ਚਾਹਨਾ। ਬਿਲਕੁਲ ਭਗਵੰਤ ਜੀ, ਜੇ ਅਸੀਂ ਗੱਲ ਕਰੀਏ ਤਾਂ ਜੋ ਲੁਧਿਆਣਾ ਹੈ ਇੱਕ ਹੱਬ ਬਣ ਚੁੱਕਿਆ ਹੈ ਜਿੱਥੇ ਪ੍ਰਵਾਸੀ ਮਜ਼ਦੂਰ ਜੇ ਕੰਮ ਨਾ ਕਰਨ ਤਾਂ ਸ਼ਾਇਦ ਲੁਧਿਆਣੇ ਦੇ ਵਿੱਚ ਬੇਰੋਜ਼ਗਾਰੀ ਵੱਧ ਜਾਏਗੀ ਹੋਰ। ਤੁਹਾਡੀ ਗੱਲ ਮੈਂ ਇਹੀ ਗੱਲ ਨੂੰ ਅੱਗੇ ਕਰਦਾ, ਜੇਕਰ ਬਈਏ ਕੰਮ ਨਾ ਕਰਨ, ਪ੍ਰਵਾਸੀ ਮਜ਼ਦੂਰ ਕੰਮ ਨਾ ਕਰਨ ਤਾਂ ਬੇਰੁਜ਼ਗਾਰੀ ਵੱਧ ਜਾਵੇਗੀ। ਜੇਕਰ ਉਹਨਾਂ ਦੀ ਜਗ੍ਹਾ ਸਾਡੇ ਪੰਜਾਬੀਆਂ ਨੂੰ ਕੰਮ ਮਿਲੇ, ਜਾਂ ਸਾਡੇ ਪੰਜਾਬੀ ਕੀ ਚਾਹੁੰਦੇ ਨਹੀਂ ਕੰਮ ਕਰਨਾ, ਕਿਉਂ ਨਹੀਂ ਚਾਹੁੰਦੇ? ਕਿਉਂਕਿ ਮੈਂ ਇੱਕ ਤੁਹਾਨੂੰ ਮਿਸਾਲ ਦੇਵਾਂਗਾ, ਪਰ ਜਗ੍ਹਾ ਦਾ ਨਾਂ ਨਹੀਂ ਦੱਸਾਂਗਾ, ਪਰ ਇੱਕ ਲਾਈਵ ਮਿਸਾਲ ਜਿਹੜੀ ਮੈਂ ਦੇਖੀ ਸੀ, ਇੱਕ ਸਰਦਾਰ ਨੇ ਰੇੜੀ ਲਾਈ ਸੀ ਕਿਤੇ, ਸਰਦਾਰ ਨੇ ਜਦੋਂ ਰੇੜੀ ਲਾਈ ਸੀ ਤੇ ਕੀ ਹੋਇਆ ਸੀ ਉੱਤੇ? ਇੱਕ ਰੇੜੀ ਲਾਉਂਦਾ ਹੈ ਤੇ ਜਦੋਂ ਮੰਡੀਆਂ ਦੇ ਵਿੱਚ ਸਬਜ਼ੀ ਲੈ ਕੇ ਆਉਂਦੇ ਹੋ ਤਾਂ ਮੰਡੀ ਦੇ ਸਬਜ਼ੀ ਲੈ ਕੇ ਉਹ ਵੀ ਉਸ ਤਰ੍ਹਾਂ ਆਇਆ, ਰੇੜੀ ਲਗਾ ਦਿੰਦਾ ਤੇ ਦੂਜੇ ਪਾਸੇ ਜਦੋਂ ਰੇੜੀ ਦੇ ਸਮਾਨ ਵੇਚਣ ਦੀ ਗੱਲ ਕਰਦਾ ਹੈ ਨਾ ਤਾਂ ਇੱਕ ਪਾਸੇ ਬਈ ਆ ਕੇ ਖੜ ਜਾਂਦੇ, ਦੂਜੇ ਪਾਸੇ ਦੋ ਰੇੜੀਆਂ ਦੇ ਵਿੱਚ ਇੱਕ ਰੇੜੀ ਉਹਦੀ ਰੱਖ ਲੈਂਦੇ ਲੈ ਕੇ। ਤੇ ਗੱਲ ਸੁਣਨ ਵਾਲੀ ਇਹ ਹੈ ਇੱਥੇ ਕਿ ਬਈਏ ਇੰਨੇ ਦਿਮਾਗ ਦੇ ਨਾਲ ਚੱਲਦੇ ਆ ਉਹ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਦੇ ਉੱਤੇ ਤੁਸੀਂ ਤਰਸ ਕਰਦੇ ਹੋ ਕਿ ਗਰੀਬ ਲੋਕ ਨੇ, ਗਰੀਬ ਉਹ ਨਹੀਂ ਹੈ, ਗਰੀਬ ਅੱਜ ਸਾਡੇ ਨੌਜਵਾਨ ਨੇ ਪੜ੍ਹ ਲਿਖ ਕੇ ਵੀ ਜਿਹੜੇ ਅੱਜ ਬੇਰੁਜ਼ਗਾਰ ਘੁੰਮਰੇ ਨੇ। ਜਦੋਂ ਰੇੜੀ ਲਾਈ ਸੀ ਨਾ ਤਦੋਂ ਸਮਾਨ ਮੈਂ ਦੇਖਦਾ ਰਿਹਾ, ਪੂਰਾ ਵਾਕਿਆ ਮੈਂ ਆਪਦੀ ਅੱਖੀਂ ਦੇਖਿਆ, ਜਦੋਂ ਉਹ ਸਮਾਨ ਵੇਚਣ ਲੱਗਾ 10 ਰੁਪਏ ਦੀ ਚੀਜ਼ ਸੀਗੀ ਤੇ ਨਾਲ ਦੇ ਰੇੜੀ ਵਾਲੇ ਨੇ 5 ਰੁਪਏ ਦੀ 7 ਰੁਪਏ ਦੀ ਕਰਕੇ ਵੇਚੀ ਸੀ, ਉਹਦਾ ਸਮਾਨ ਸ਼ਾਮ ਤੱਕ ਰਕੇਸ਼ ਜੀ ਉਵੇਂ ਦਾ ਉਵੇਂ ਸੀਗਾ ਤੇ ਜਿਹੜੇ ਨਾਲ ਦੇ ਰੇੜੀਆਂ ਵਾਲੇ ਸੀ ਖਾਲੀ ਕਰ ਦਿੱਤੇ। ਤੇ ਉਸ ਤੋਂ ਬਾਅਦ ਮੈਂ ਉਸ ਇਨਸਾਨ ਨੂੰ ਰੇੜੀ ਲਾਉਂਦਾ ਨਹੀਂ ਵੇਖਿਆ ਤੇ ਕੀ ਲੱਗਦਾ ਫਿਰ ਆਪਾਂ ਕਿਵੇਂ ਕਹਿ ਸਕਦੇ ਕਿ ਸਾਡੇ ਨੌਜਵਾਨ ਕੰਮ ਨਹੀਂ ਕਰਦੇ? ਜਦੋਂ ਉਹਨਾਂ ਨੂੰ ਕੰਮ ਮਿਲੂਗਾ ਹੀ ਨਹੀਂ ਤਾਂ ਫਿਰ ਉਹ ਨਸ਼ੇ ਕਰਨਗੇ, ਕਿਉਂ ਨਹੀਂ ਕਰਨਗੇ? ਨਸ਼ੇ ਵੀ ਕਰਨਗੇ ਕੀ? ਕਿਉਂਕਿ ਸਿਆਣੇ ਵੀ ਕਹਿੰਦੇ ਨੇ ਕਿ ਵਿਹਲਾ ਦਿਮਾਗ ਜਿਹੜਾ ਉਹ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਫਿਰ ਬਿਲਕੁਲ ਤਾਂ ਫਿਰ ਨਸ਼ੇ ਹੀ ਕਰਨਗੇ। ਪਰ ਸਾਡੀ ਪੰਜਾਬ ਸਰਕਾਰ ਨੂੰ ਇਹ ਸੋਚਣਾ ਚਾਹੀਦਾ। ਮੈਂ ਇੱਕ ਗੁਜ਼ਾਰਿਸ਼ ਜ਼ਰੂਰ ਕਰਾਂਗਾ ਰਾਣਾ ਜੀ, ਗੱਲ ਲੰਬੀ ਹੋ ਜਾਣੀ, ਮੈਂ ਥੋੜ੍ਹੇ ਜਿਹੇ ਸ਼ਬਦਾਂ ਨੂੰ ਮਗਾਉਂਗਾ ਕਿ ਪੰਜਾਬ ਸਰਕਾਰ ਨੂੰ ਆਪਾਂ ਬੇਨਤੀ ਕਰਦੇ ਹਾਂ, ਹੱਥ ਜੋੜ ਕੇ ਬੇਨਤੀ ਤੁਹਾਨੂੰ ਕਰਦੇ ਹਾਂ ਕਿ ਘੱਟੋ ਘੱਟ ਮਾਨ ਸਾਹਿਬ ਜਦੋਂ ਤੁਸੀਂ ਹੁਣ ਮੁੱਦਾ ਚੱਕਿਆ ਹੀ ਹੈ ਨਾ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ, ਪਰ ਇੱਕ ਭ੍ਰਿਸ਼ਟਾਚਾਰੀ ਇੱਥੇ ਭ੍ਰਿਸ਼ਟਾਚਾਰ ਬਹੁਤ ਵੱਡਾ ਜਿਹੜਾ ਉਹ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਆਖਰ ਇਹਨਾਂ ਦੇ ਮਜ਼ਦੂਰਾਂ ਦੇ ਨਾ ਬਈਆਂ ਦੇ ਜਾਂ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਕਾਰਡ, ਆਈ ਕਾਰਡ ਜਾਂ ਰਾਸ਼ਨ ਕਾਰਡ ਜਾਂ ਵੋਟਰ ਕਾਰਡ, ਇਹਨਾਂ ਦੇ ਆਧਾਰ ਕਾਰਡ ਕਿਵੇਂ ਬਣ ਗਏ ਇੱਥੇ? ਬਾਈ ਜੀ ਕੀ ਪੰਜਾਬ ਨੇ ਠੇਕਾ ਲਿਆ ਹੋਇਆ ਸਾਰੇ ਸਟੇਟਾਂ ਤੋਂ ਚੱਕ ਕੇ ਬੰਦੇ ਇੱਥੇ ਲਵਾਰਸ ਆ ਪੰਜਾਬ, ਫਿਰ ਵਾਰਸ ਨਹੀਂ ਨਾ ਪੰਜਾਬ ਦਾ ਕੋਈ? ਭਗਵੰਤ ਜੀ ਤੁਹਾਡੇ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਸਰਕਾਰਾਂ ਪ੍ਰੋਪਰ ਦੀ ਜ਼ਿੰਮੇਵਾਰ ਹੈ ਇਸ ਦੇ ਵਿੱਚ? ਮੈਂ ਕਹਿੰਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰਾਂ ਦੀ ਹੈ। ਜੇਕਰ ਸਰਕਾਰਾਂ ਸੁਚੇਤ ਹੁੰਦੀਆਂ, ਜੇਕਰ ਸਰਕਾਰਾਂ ਇਹਨਾਂ ਵੱਲ ਧਿਆਨ ਦਿੰਦੀਆਂ, ਯਾਰ ਕਿਉਂ ਦੂਜੀ ਸਟੇਟ ਤੋਂ ਆ ਕੇ? ਕਿਉਂਕਿ ਮੈਂ ਦੱਸਣਾ ਚਾਹੁੰਦਾ ਇੱਥੇ ਵੀ ਸਾਡੇ ਲੋਕਾਂ ਦੇ ਵਿੱਚ ਜਿਹੜੇ ਸਾਡੇ ਲੀਡਰ ਸੀਗੇ ਉਸ ਵੇਲੇ ਦੇ, ਜੋ ਵੀ ਲੀਡਰ ਸੀਗੇ ਉਹਨਾਂ ਦੇ ਵਿੱਚ ਦਮ ਨਹੀਂ ਸੀ ਵੀ ਆਪਣੇ ਕੰਮ ਦੇ ਸਿਰ ਤੇ ਵੋਟਾਂ ਲਈਏ। ਆਪਾਂ ਆਪਣੇ ਕੰਮ ਦੇ ਸਿਰ ਤੇ ਵੋਟਾਂ ਨਹੀਂ ਲੈ ਸਕੇ, ਆਪਾਂ ਇਹਨਾਂ ਦੀਆਂ ਵੋਟਾਂ ਬਣਾ ਕੇ ਇਹਨਾਂ ਨੂੰ ਸਾਡੇ ਪੰਜਾਬੀ ਦੇ ਸਿਰ ਤੇ ਬਿਠਾਇਆ। ਤੁਸੀਂ ਇਹਨਾਂ ਨੂੰ ਸਿਰ ਤੇ ਬਿਠਾ ਕੇ ਇਹਨਾਂ ਦੀਆਂ ਵੋਟਾਂ ਦੇ ਸਿਰ ਤੇ ਫਿਰ ਰਾਜਨੀਤੀ ਕਰਨੀ ਚਾਹੀ, ਇਹਨਾਂ ਦੇ ਆਧਾਰ ਕਾਰਡ ਤੁਸੀਂ ਬਣਾਏ, ਵੋਟਰ ਕਾਰਡ ਤੁਸੀਂ ਬਣਾਏ, ਰਾਸ਼ਨ ਕਾਰਡ ਤੁਸੀਂ ਬਣਾਏ। ਭੁਗਤ ਕੌਣ ਰਿਹਾ? ਭੁਗਤ ਤਾਂ ਅਸੀਂ ਲੋਕ ਰਹੇ ਨਾ, ਭੁਗਤ ਤਾਂ ਸਾਡੀ ਜਵਾਨੀ ਰਹੀ ਹੈ, ਤੇ ਤੁਸੀਂ ਤਾਂ ਫਿਰ ਵੀ ਨਿੱਜ ਮਾਰ ਰਹੇ ਹੋ ਨਾ, ਜਿਹੜਾ ਸੱਤਾ ਦਾ ਨਿੱਜ ਤੁਸੀਂ ਮਾਰ ਰਹੇ ਹੋ। ਦਰਦ ਸਾਨੂੰ ਹੋ ਰਿਹਾ, ਕਿਉਂਕਿ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਤੁਸੀਂ ਲੀਡਰ ਹੋ ਨਾ, ਤੁਹਾਡੇ ਬੱਚੇ ਵੀ ਲੀਡਰ ਨਹੀਂ ਹੋਣਗੇ, ਕਿ ਲੀਡਰਸ਼ਿਪ ਪੀੜ੍ਹੀ ਦਰ ਪੀੜ੍ਹੀ ਨਹੀਂ ਰਹਿੰਦੀ। ਤੇ ਮੈਂ ਥੋੜ੍ਹੀ ਜਿਹੀ ਗੱਲ ਆ ਕਿ ਜਦੋਂ
ਤੁਹਾਡੇ ਬੱਚਿਆਂ ਨੂੰ ਇਹ ਕੰਡੇ ਚੁਗਣੇ ਪੈਣਗੇ ਕਿਉਂਕਿ ਤੁਹਾਡੇ ਸਿਰ ਤੇ ਬੈਠਣਾ ਇਹਨਾਂ ਨੇ ਕੱਲ ਆਉਣ ਵਾਲੇ ਸਮੇਂ ਤੁਹਾਡੇ ਸਿਰ ਤੇ ਬੈਠਣਾ ਫਿਰ ਕੀ ਕਰੋਗੇ ਤੁਸੀਂ ਜਵਾਬ ਤੁਹਾਨੂੰ ਦੇਣਾ ਪਊਗਾ ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਵੀ ਰਾਜਨੀਤੀ ਦੀ ਆੜ ਦੇ ਵਿੱਚ ਤੁਸੀਂ ਕਿਉਂ ਇਹਨਾਂ ਨੂੰ ਸਾਡੇ ਸਿਰ ਤੇ ਬਿਠਾ ਦਿੱਤਾ ਸੀ ਬਿਲਕੁਲ ਇੱਕ ਬਹੁਤ ਵੱਡਾ ਜੋ ਅਸੀਂ ਕਰ ਰਹੇ ਹਾਂ ਕਿ ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਬੇਰੋਜ਼ਗਾਰੀ ਵੱਧ ਰਹੀ ਹੈ ਲਗਾਤਾਰ ਕਿਤੇ ਨਾ ਕਿਤੇ ਪੰਜਾਬੀ ਹੈ ਉਹ ਆਪਣੇ ਕੰਮ ਤੋਂ ਪਿੱਛੇ ਹਟਦੇ ਜਾ ਰਹੇ ਨੇ ਤੇ ਪ੍ਰਵਾਸੀ ਮਜ਼ਦੂਰਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਉਹ ਲਗਾਤਾਰ ਰੋਜ਼ਗਾਰ ਅਪਣਾ ਰਹੇ ਨੇ ਜੇ ਅਸੀਂ ਗੱਲ ਕਰੀਏ ਰਾਜ ਮਿਸਤਰੀ ਉਹ ਬਣ ਗਏ ਨੇ ਸਬਜ਼ੀ ਦੀਆਂ ਰੇਹੜੀਆਂ ਉਹ ਲਗਾ ਰਹੇ ਨੇ ਪੰਜਾਬ ਦੇ ਵਿੱਚ ਜਿੰਨੇ ਨਿੱਜੀ ਕੰਮ ਨੇ ਸਾਰੇ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਜਦੋਂ ਗੱਲ ਆ ਜਾਂਦੀ ਹੈ ਚੋਣਾਂ ਦੀ ਰਾਜਨੀਤੀ ਦੀ ਗੱਲ ਆ ਜਾਂਦੀ ਹੈ ਤਾਂ ਜੋ ਰਾਜਨੀਤੀ ਦੇ ਵਿੱਚ ਨੇ ਉਹ ਆਪਣੇ ਸਵਾਰਥ ਦੇ ਲਈ ਜਿਵੇਂ ਇਹਨਾਂ ਨੇ ਦੱਸਿਆ ਕਿ ਉਹਨਾਂ ਦੀ ਵੋਟਾਂ ਬਣਾ ਦਿੰਦੇ ਨੇ ਤੇ ਉਸ ਦੇ ਨਾਲ ਕਿਤੇ ਨਾ ਕਿਤੇ ਜੋ ਪੰਜਾਬ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਪ੍ਰਵਾਸੀ ਮਜ਼ਦੂਰ ਦੀ ਵੋਟ ਬਣ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਰਕਾਰੀ ਨੌਕਰੀ ਲਈ ਵੀ ਅਪਲਾਈ ਕਰੂਗਾ ਸਰਕਾਰੀ ਨੌਕਰੀ ਲਈ ਵੀ ਅਪਲਾਈ ਕਰੂਗਾ ਇਹ ਤਾਂ ਆਪਾਂ ਸਰਕਾਰ ਤੇ ਆ ਗਈ ਨਾ ਗੱਲ ਸਰਕਾਰੀ ਨੌਕਰੀ ਲਈ ਅਪਲਾਈ ਕਰੂਗਾ ਪਰ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਜਦੋਂ ਇਹ ਗੱਲ ਕੋੜੀ ਹੋਊਗੀ ਪਰ ਇਹ ਜਰ ਲਿਓ ਇਹ ਤੁਹਾਨੂੰ ਜਰ ਨਹੀਂ ਪੈਣੀ ਗੱਲ ਕੋੜੀ ਆ ਰਾਣੀ ਜੀ ਗੱਲ ਬਹੁਤ ਕੋੜੀ ਆ ਜਦੋਂ ਕੱਲ ਨੂੰ ਇਹਨਾਂ ਨੇ ਤੁਹਾਨੂੰ ਤੁਹਾਡੇ ਤੋਂ ਜਿਆਦਾ ਪੈਸੇ ਹੋਣਗੇ ਤੁਹਾਡੇ ਤੋਂ ਵਧੀਆ ਕੋਠੀਆਂ ਹੋਣਗੀਆਂ ਤੇ ਤੁਹਾਨੂੰ ਆਪਣੇ ਰਾਸ਼ਨ ਕਾਰਡ ਆਧਾਰ ਕਾਰਡ ਦੱਸ ਕੇ ਕਿ ਅਸੀਂ ਪੰਜਾਬੀ ਆ ਤੁਹਾਡੇ ਘਰੇ ਰਿਸ਼ਤੇ ਵੀ ਕਰਨਗੇ ਪਰ ਇਹ ਜਿਸ ਦੇ ਨਾਲ ਪੰਜਾਬ ਦੀ ਹੋਂਦ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਤੇ ਇੱਕ ਨਾ ਗੱਲ ਛੋਟੀ ਜੀ ਹੋਰ ਹੈ ਰਾਣਾ ਜੀ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਗੈਰਤ ਵੀ ਜਾਗ ਜਾਂਦੇ ਕਿਉਂਕਿ ਪੰਜਾਬ ਦੀ ਹਵਾ ਪੰਜਾਬ ਦਾ ਪਾਣੀ ਪੰਜਾਬ ਦੀ ਜਿਹੜੀ ਹਵਾ ਹੈ ਜਾਂ ਇੱਥੋਂ ਦਾ ਅੰਨ ਹੈ ਇਹ ਗੈਰਤਮੰਦ ਹੈ ਇਹਨਾਂ 'ਚ ਵੀ ਗੈਰਤ ਜਾਗਦੀ ਆ ਪਰ ਜੇ ਕੱਲ੍ਹ ਤੁਸੀਂ ਨਾ ਧੱਕਾ ਕਰੋਗੇ ਨਾ ਤੁਹਾਡੇ ਖਿਲਾਫ ਧਰਨੇ ਪ੍ਰਦਰਸ਼ਨ ਵੀ ਹੋਣਗੇ ਤੁਹਾਡੇ ਖਿਲਾਫ ਹਥਿਆਰ ਵੀ ਚੁੱਕਣਗੇ ਤੁਹਾਡੇ ਤੋਂ ਖੜਵੇਂਗੇ ਲੜਨਗੇ ਤੁਹਾਡੇ ਨਾਲ ਕਿਉਂਕਿ ਗੈਰਤ ਪੰਜਾਬ ਦੀ ਮਿੱਟੀ ਦੇ ਵਿੱਚ ਹੈ ਉਹ ਮਿੱਟੀ ਤੁਸੀਂ ਇਹਨਾਂ ਨੂੰ ਪਰੋਸ ਕੇ ਦੇ ਰਹੇ ਹੋ ਥਾਲੀਆਂ ਦੇ ਵਿੱਚ ਆਪ ਭਗਵੰਤ ਜੀ ਬੜੇ ਅੱਛੇ ਤੁਸੀਂ ਆਪਣੇ ਵਿਚਾਰ ਰੱਖੇ ਤੇ ਹੁਣ ਚੱਲਦੇ ਚੱਲਦੇ ਜੇ ਅਸੀਂ ਗੱਲ ਕਰੀਏ ਫਿਰ ਹੁਣ ਜ਼ਰੂਰਤ ਕੀ ਹੈ ਜੀ ਕੀ ਕੀਤਾ ਜਾ ਸਕਦਾ ਹੈ ਜੇ ਪੰਜਾਬ ਦੀ ਹੋਂਦ ਨੂੰ ਅਸੀਂ ਬਚਾਉਣਾ ਹੈ ਤੇ ਮੈਂ ਤਾਂ ਸਿੱਧਾ ਹੀ ਭਗਵੰਤ ਮਾਨ ਜੀ ਇੱਕ ਤੁਹਾਨੂੰ ਬੇਨਤੀ ਇਹ ਕਰਾਂਗਾ ਆ ਹੱਥ ਜੋੜ ਕੇ ਬੇਨਤੀ ਤੁਹਾਨੂੰ ਕਰ ਰਿਹਾ ਜੇ ਤੁਸੀਂ ਮੁੱਦੇ ਚੁੱਕਿਆ ਪਹਿਲਾਂ ਵੀ ਗੱਲ ਕੀਤੀ ਆ ਤੇ ਇੱਕ ਮੁੱਦਾ ਜ਼ਰੂਰ ਚੁੱਕਿਓ ਇੱਕ ਚੀਜ਼ ਜ਼ਰੂਰ ਨੋਟੀਫਾਈ ਨੋਟਿਸ ਤੇ ਨੋਟਿਸ ਲਓ ਇੱਕ ਚੀਜ਼ ਦਾ ਕਿ ਕਿਹੜੇ ਉਹ ਲੋਕ ਨੇ ਜਿਨ੍ਹਾਂ ਨੇ ਆਪਣੀਆਂ ਵੋਟਾਂ ਦੀ ਖਾਤਰ ਰਾਜਨੀਤੀ ਦੀ ਖਾਤਰ ਇਹਨਾਂ ਲੋਕਾਂ ਦੇ ਆਧਾਰ ਕਾਰਡ ਪੈਨ ਕਾਰਡ ਰਾਸ਼ਨ ਕਾਰਡ ਵੋਟਰ ਕਾਰਡ ਬਣਾਏ ਸੀ ਕੀ ਜ਼ਰੂਰਤ ਪੈ ਗਈ ਸੀ ਆਖਰ ਇਹਨਾਂ ਨੂੰ ਇੱਥੇ ਪੱਕੇ ਕਰਨ ਦੀ ਮੇਰਾ ਇਹਨਾਂ ਖਿਲਾਫ ਕੋਈ ਦੁਸ਼ਮਣੀ ਨਹੀਂ ਹੈਗੀ ਤੇ ਮੇਰੇ ਨਾਂ ਤਾਂ ਮੇਰੇ ਨਾਲ ਕੋਈ ਵੱਟ ਸਾਂਝੀ ਇਹਨਾਂ ਦੀ ਪਰ ਮੈਂ ਗੱਲ ਪੰਜਾਬ ਦੀ ਕਰ ਰਿਹਾ ਪੰਜਾਬ ਦੀ ਤਾਂ ਕਰ ਰਿਹਾ ਕਿਉਂਕਿ ਸਾਡੀ ਤਾਂ ਲਾਂਗੀ ਆਉਣ ਵਾਲੀ ਪੀੜ੍ਹੀਆਂ ਕੀ ਕਰੂੰਗਾ ਪੀੜ੍ਹੀਆਂ ਸਾਡੀਆਂ ਆਉਣ ਵੇਲੀਆਂ ਤੇ ਕਿਤੇ ਵੀ ਤੁਸੀਂ ਦੇਖ ਲਓ ਮਜ਼ਦੂਰ ਤੋਂ ਲੈ ਕੇ ਅਫਸਰ ਤੱਕ ਬਈਏ ਕਾਗਜ਼ ਨੇ ਤੁਹਾਡੇ ਦੇ ਟੋਲ ਪਲਾਜ਼ਾ ਤੇ ਤੁਸੀਂ ਲੋਕ ਪਰਚੀਆਂ ਫੜ ਰਹੇ ਹੋ ਤੁਸੀਂ ਲੋਕ ਪੈਸੇ ਬਣਾ ਰਹੇ ਹੋ ਉਹ ਤੁਹਾਡੇ ਤੇ ਅੰਦਰ ਬਹਿ ਕੇ ਆਰਡਰ ਦੇ ਰਹੇ ਤੁਹਾਨੂੰ ਆਹ ਕਰੋ ਐਦਾਂ ਕਰੋ ਹਰ ਜਗ੍ਹਾ ਤੇ ਕਿੱਥੇ ਕਿੱਥੇ ਤੁਸੀਂ ਆਪਣੇ ਆਪ ਛਡਾਓਗੇ ਪਰ ਮੈਂ ਬੇਨਤੀ ਕਰਦਾ ਸਰਕਾਰਾਂ ਅੱਗੇ ਵੀ ਘੱਟੋ ਘੱਟ ਇੱਕ ਨੋਟਿਸ ਜ਼ਰੂਰ ਲੈ ਲਿਓ ਵੀ ਕਿਹੜੇ ਲੋਕਾਂ ਨੇ ਇਹਨਾਂ ਨੂੰ ਸਿਰਫ ਆਪਣੀਆਂ ਵੋਟਾਂ ਖਾਤਰ ਆਪਣੀ ਕੁਰਸੀ ਖਾਤਰ ਪੰਜਾਬ ਦੇ ਉੱਤੇ ਬਿਠਾਤਾ ਸਾਡੇ ਸਿਰ ਦੇ ਉੱਤੇ ਬਿਠਾਤਾ ਤੇ ਜਾਂਦੇ ਜਾਂਦੇ ਇੱਕ ਗੱਲ ਹੋਰ ਆ ਕਿ ਹੋਰ ਸਟੇਟਾਂ ਦੇ ਵਿੱਚ ਜਿਵੇਂ ਆਪਾਂ ਜ਼ਮੀਨ ਨਹੀਂ ਖਰੀਦ ਸਕਦੇ ਹੋਰ ਸਟੇਟਾਂ ਵਿੱਚ ਸਾਡੀ ਵੋਟ ਨਹੀਂ ਬਣਦੀ ਰਾਸ਼ਨ ਕਾਰਡ ਨਹੀਂ ਬਣਦਾ ਪੰਜਾਬ ਯਾਰ ਕਿਉਂ ਫਿਰ ਪੰਜਾਬ ਲਵਾਰਸਾ ਮੈਂ ਫਿਰ ਦੁਬਾਰੇ ਗੱਲ ਰਿਪੀਟ ਰਿਹਾ ਰਿਪੀਟ ਕਰ ਰਿਹਾ ਕਿ ਪੰਜਾਬ ਲਵਾਰਸਾ ਇਹਦਾ ਵਾਰਸ ਕੋਈ ਕਿਉਂ ਨਹੀਂ ਆ ਕਿਉਂ ਇਹਦੇ ਵੱਲ ਧਿਆਨ ਨਹੀਂ ਦੇ ਰਹੇ ਪੰਜਾਬ ਦੇ ਵਿੱਚ ਕਿਸੇ ਮਜ਼ਦੂਰ ਨੂੰ ਕਿਸੇ ਬਾਹਰੋਂ ਆਏ ਬੰਦੇ ਨੂੰ ਹੱਕ ਨਹੀਂ ਹੋਣਾ ਚਾਹੀਦਾ ਜ਼ਮੀਨ ਖਰੀਦਣ ਦਾ ਤੇ ਜਿਹੜੇ ਇੱਥੋਂ ਆਉਂਦੇ ਨੇ ਜਿਹੜੇ ਇੱਥੋਂ ਦੇ ਵਸਨੀਕ ਨੇ ਜੰਮ ਪਾਲ ਨੇ ਜੇਕਰ ਉਹ ਇਹ ਚੀਜ਼ਾਂ ਦੇ ਉੱਤੇ ਫੋਕਸ ਕਰਨ ਜਾਂ ਸਰਕਾਰਾਂ ਫੋਕਸ ਕਰਨ ਤਾਂ ਘੱਟੋ ਘੱਟ ਪੰਜਾਬ ਦੀ ਨੌਜਵਾਨੀ ਨਸ਼ਾ ਤੋਂ ਵੀ ਬਚ ਸਕਦੀ ਹੈ ਪੰਜਾਬ ਦੀ ਬੇਰੁਜ਼ਗਾਰੀ ਵੀ ਜਿਹੜੀ ਉਹ ਘੱਟ ਸਕਦੀ ਹੈ ਤੇ ਕਿਤੇ ਨਾ ਕਿਤੇ ਪੰਜਾਬ ਪੰਜਾਬੀਅਤ ਨੂੰ ਕਾਇਮ ਵੀ ਰੱਖ ਸਕਦੇ ਨੇ ਭਗਵੰਤ ਜੀ ਜੇ ਅਸੀਂ ਗੱਲ ਕਰੀਏ ਜਿਵੇਂ ਤੁਸੀਂ ਦੱਸ ਰਹੇ ਹੋ ਪ੍ਰਵਾਸੀ ਮਜ਼ਦੂਰਾਂ ਨੂੰ ਜੇ ਅਸੀਂ ਪੰਜਾਬ ਚੋਂ ਕੱਢ ਦਿੱਤਾ ਜਾਂ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਨਹੀਂ ਲੈ ਕੇ ਆਵਾਂਗੇ ਤਾਂ ਪੰਜਾਬ ਦੇ ਵਿੱਤੀ ਹਾਲਾਤ ਖਰਾਬ ਹੋ ਜਾਣਗੇ ਨੇ ਕਿਉਂਕਿ ਅੱਜ ਕਿਤੇ ਨਾ ਕਿਤੇ ਅਜਿਹੀ ਸਥਿਤੀ ਬਣ ਚੁੱਕੀ ਹੈ ਕਿ ਜੇ ਪ੍ਰਵਾਸੀ ਮਜ਼ਦੂਰ ਪੰਜਾਬ 'ਚ ਨਹੀਂ ਆਊਗਾ ਤਾਂ ਪੰਜਾਬ ਦੇ ਵਿੱਚ ਸਾਰੇ ਕੰਮ ਘੱਟ ਠੱਪ ਹੋ ਜਾਣਗੇ ਚਾਹੇ ਕਿਸਾਨੀ ਦੀ ਲੈ ਲਈਏ ਜੇ ਫਸਲ ਅਸੀਂ ਕੱਟਣੀ ਹੈ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਜ਼ਰੂਰਤ ਹੈ ਫਸਲ ਅਸੀਂ ਵੇਚਣੀ ਹੈ ਤਾਂ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਹੈ ਮੰਡੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਹੈ ਜੇ ਇਹੀ ਨਹੀਂ ਪ੍ਰਵਾਸੀ ਮਜ਼ਦੂਰ ਹੀ ਨਹੀਂ ਆਣਗੇ ਤਾਂ ਵਿੱਤੀ ਹਾਲਾਤ ਪੰਜਾਬ ਦੇ ਕਿਵੇਂ ਹੋ ਜਾਣਗੇ ਰਕੇਸ਼ ਜੀ ਬੜਾ ਸੋਹਣਾ ਸਵਾਲ ਤੁਸੀਂ ਕੀਤਾ ਹੈ ਮੈਨੂੰ ਤੁਹਾਡਾ ਸਵਾਲ ਬੜਾ ਪਸੰਦ ਆਇਆ ਕਿਉਂਕਿ ਇਹ ਹਰੇਕ ਦੇ ਦਿਮਾਗ 'ਚ ਗੱਲ ਹੋਊਗੀ ਜਿਹੜੀ ਤੁਸੀਂ ਇਹਨੇ ਕੈਚ ਕੀਤੀ ਨਾ ਚੀਜ਼ ਨੂੰ ਇਹ ਹਰੇਕ ਦੇ ਮਨ ਦੇ ਵਿੱਚ ਕਿਹਾ ਹੋਊਗੀ ਤਾਂ ਇੱਥੇ ਮੁੱਦਾ ਸਮਝਣ ਵਾਲਾ ਹੈ ਹੁਣ ਧਿਆਨ ਨਾਲ ਸੁਣ ਲਿਓ ਗੱਲ ਜਿਹੜੇ ਕਮੈਂਟ ਵੀ ਕਰ ਰਹੇ ਹੋ ਆਹ ਗੱਲ ਸੁਣ ਕੇ ਕਮੈਂਟ ਕਰਿਓ ਤੁਸੀਂ ਬਹੁਤ ਵਧੀਆ ਮੁੱਦਾ ਛੇੜਿਆ ਵੀ ਚੱਲ ਜਾਣਗੇ ਜੇ ਮੈਂ ਜਿਹੜੀ ਗੱਲ ਕਰ ਰਿਹਾ ਮੈਂ ਗੱਲ ਇਹ ਨਹੀਂ ਕਰ ਰਿਹਾ ਕਿ ਇਹਨਾਂ ਨੂੰ ਉੱਤੋਂ ਕੱਢ ਦਿਓ ਭਜਾ ਦਿਓ ਇਹ ਨਹੀਂ ਨਾ ਕਿਹਾ ਮੈਂ ਕਹਿ ਰਿਹਾ ਕਿ ਇਹਨਾਂ ਨੂੰ ਪੱਕੇ ਨਾ ਕਰੋ ਸਾਡੀਆਂ ਜਿਹੜੀਆਂ ਆਪਣੀਆਂ ਸਾਡੀਆਂ ਬੁਨਿਆਦੀ ਲੋੜਾਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਰੱਖ ਦਿਓ ਇਹਨਾਂ ਨੂੰ ਘੱਟੋ ਘੱਟ ਪੱਕੇ ਨਾ ਕਰੋ
जी सदके आ जो दिल किता जिन्ना टाइम दिल कर देना काम कर आपका काम कर आपका रोजी रोटी कमा जिदा पहला आते जो आप छोटे छोटे होंगे आप देखते होंगे जो आप छोटे छोटे सके बी साढ़े जे बजुर्ग होंगे इन्हों स्टेशन तो लैके आते जो झोना ला देंगे झोना लाने तो बाद चले जाते उस तो बाद झोना कट्ट वास्ते आते कणक बढ़ने बढ़ने टाइम आते अजिहा हों उस तो बाद चल जाते पर जो हूँ आते पक्के रह जाते इतने जिदे मैं तुम एक छोटी होर गल दस दिना पंजाब के जोड़ा हादसा वह भी खराब हो रहा किमें खराब हो रहा मैं आनंदपुर साहब की गल तुम करा हूँ श्री आनंदपुर साहब तख्त आ साडा तख्त श्री केसगढ़ साहब कि दुनिया मत्था टेकन आती वह सिर्फ पंजाब तो नहीं पंजाब के बहरों भी आते हैं तो कितना कित बहरले मुल्क तो भी आते हैं अमरीका कनेडा आस्ट्रेलिया बहरले मुल्क तो भी आते उन्होंने इन्हें पता भी भैया ने उन्होंने इन्हें पता प्रवासी मजदूर ने जोड़े इतने भीख मांग रहे हैं वो हथ भी खराब हो रहा सा फिर मैं ये नहीं कह रहा कि कढ़ दो भजा दो वो नहीं ये रुजगार कर आप भी बाहर जाने आप उत्तर किता करते हैं रुजगार करते हैं तो वह थोड़ा पक्के नहीं करते अरब कंट्री करोड़ों रुपया ला दो पक्के नहीं करे पिछे ट्वेंटी ट्वेंटी की गल हुई सी कहते दुबई के ट्वेंटी ट्वेंटी होगा मैं उदो उगा कहते गोरिया ने कहा सानू सिटीजनशिप दे दो दुबई की ट्वेंटी ट्वेंटी इतने करावे वह कहते नहीं सिटीजनशिप नहीं देवे काम करो चाहे सारी उम्र करो साडे मुल्क च करो पर शर्त यह है कि साडे अधीन रह के करना पेगा साडे ते तुसीं राज नहीं कर सकते मैं गल तो यह कहता कि बिना भैया आप नहीं कहते भी कर्ज दो भजा दो बरना दो नाम काम कर जिन्ना समा चाहते काम कर इतने पर कितना कितने इन्हों जो सरकार जो साडे लोग अपने निजी फायदों वास्ते इतने पक्के करते बछिंदे बनाते हैं उस चीज तो परहेज होना चाहिए मैं उस चीज़ को कहना वो साढ़े बुनियादी हकों से भी जो डाका बजता है जी सूँ लोड़ा होंगे ना जिम्मे सरकार दें दो रुपए की कणक देती 10 रुपया बिजली बिल माफ सब कुछ ये सब कुछ इन्हों भी मिल रहा इन्हों की जांच होनी चाहिए इन्होंने तो यूपी बिहार के फिर राशन कार्ड होंगे कि उतो पटाके आते इतने भी वोटर कार्ड है जो राणा जी कछोड़ी की गल हो रहा है जो वोटा आदि ने मैं संबोधन करेंगा चीज़ में जो वोटा आदि ने चार पार्टियां तीन पार्टियां लोग जाते हैं को भाई जी ध्यान रखियो फिर कहते हमारी चार वोटें हैं चार वोट का मुल पाते 500 रुपया वोट पै गया 2000 हो 2000 4000 8-10 हज़ार रुपया तो उदो मिला लेना उन्होंने तो इन्हों पंजाब के हकों कुछ नहीं है पंजाब की सरकारों कुछ नहीं है ये मूर्ख बनाते हैं सानू आप बनते भी है तो कहते सरकार फिर बेनती करता भी ध्यान दो भाई जी साढ़े तो मजदूर भी काम नहीं करन जोगे रह गए हुण वो मजदूर जे काम करनगे तो ठेकेदार भैया होगा उन्होंने और उन्होंने अंडर करे तो वह जुत्ती काम कराते आप अपनी होंद पहले गवा रहे हैं तो एक बेनती है भी जरूर ध्यान दो भी कि इन्हों क्ढन तो नहीं कह रहे पर घट्टो घट इन्हों से सिकंजा जरूर बनाओ इन्हों पक्के ना करो पंजाब जिमें होर स्टेटा के जी बिल्कुल ये साढ़े भगवंत सिंह मटौर साढ़े गलबात करने भगवंत जी थोड़ा बहुत बहुत धन्यवाद तो जिमें इन्हों गलबात की है कि जो पंजाब प्रवासी मजदूर आ रहे हैं उन्होंने राशन कार्ड भी बन रहे ने उन्होंने पंजाब वालों सारी सहूलत भी दी जा रही ने जदों के पंजाब के जो पंजाबी ने इन बुनियादी सहूलत तो कितना कितने जरूर पिछड़ रहे हैं कितना कितने पंजाबियों के उपर प्रवासी मजदूर जरूर हैवी हो रहे हैं विचार वाली गल जरूर है तो भगवंत मान सरकार जिमें कि वादा करके आई सी कि पंजाब के पंजाबियों के लिए पहल होएगी पंजाबियों के लिए सारा कुछ बुनियादी हक पंजाबियों को मिलेंगे पर जरूरत है इस वेले भी सरकार इस अहम मुद्दे की जो इस वेले पंजाब दे विच चल रहा है इस उत्ते भी अपना किते ना किते प्रतिक्रिया दे के अपने आप नूं पंजाब दे हक्कां दे लई खड़े करना पवेगा इसी तरह अलग अलग मुद्दों से असी लगातार समय समय से राय गलबात जरूर करते रहेंगे फिलहाल के लिए मैनों जाने कि रकेश राणा को दिओ इजाजत धन्यवाद।